ਬੁਢਾਡਾ ਵੱਲੋਂ ਜੋ 1986 ਦੇ ਵਿੱਚ ਹੋਂਦ 'ਚ ਆਈ ਸੀ, ਇਹਨੇ ਬਹੁਤ ਸਮਾਜ ਸੇਵੀ ਕੰਮ ਕੀਤੇ ਨੇ, ਜਿਵੇਂ ਬਾੜਾਂ ਦੇ ਵਿੱਚ ਕੰਮ ਕੀਤਾ, ਅੱਖਾਂ ਦੇ ਆਪਰੇਸ਼ਨ ਘੱਟੋ ਘੱਟ 30 ਪੇਸ਼ੈਂਟ ਆਏ ਨੇ, ਆਪਰੇਸ਼ਨ ਕੀਤੇ ਨੇ, ਚੈੱਕਅਪ ਕੀਤੇ ਨੇ, ਹੱਡੀਆਂ ਦੇ ਦੂਸਰਾ ਕੈਂਪ ਹੈ ਸਾਡਾ, ਸਕਿੰਨ ਦਾ ਪਹਿਲਾ ਕੈਂਪ ਹੈ। ਸਾਨੂੰ ਤਕਰੀਬਨ 40 ਸਾਲ ਹੋ ਗਏ ਮਾਨਵ ਦੀ ਸੇਵਾ ਕਰਦੇ ਨੂੰ। ਅੱਜ ਬੁਢਾਡਾ ਵਿੱਚ ਲੋਕ ਕਲਿਆਣ ਸੇਵਾ ਸਮਿਤੀ ਵੱਲੋਂ ਹੱਡੀਆਂ ਦਾ ਕੈਂਪ ਲਗਾਇਆ ਜਾ ਰਿਹਾ ਔਰ ਸਕਿੰਨ ਦਾ। ਜਿਹੜੇ ਹੱਡੀਆਂ ਦੇ ਡਾਕਟਰ ਨੇ ਉਹ ਐੱਮ ਐੱਸ ਗੁਪਤਾ ਪੰਚਕੂਲਾ ਤੋਂ, ਜਿਹੜੇ ਸਕਿੰਨ ਦੇ ਨੇ ਉਹ ਪ੍ਰੀਤ ਕੌਰ ਜੀ ਰੇਖੀ ਮਾਨਸਾ ਤੋਂ ਸਪੈਸ਼ਲ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਸਾਡੇ ਬੁਢਾਡੇ, ਅਸੀਂ ਲੋਕ ਕਲਿਆਣ ਸੇਵਾ ਸਮਿਤੀ ਵੱਲੋਂ ਕੈਂਪ ਲਾਉਣਾ ਹੈ ਵੀ ਸਾਨੂੰ ਸੇਵਾ ਦਾ ਮੌਕਾ ਦਿਓ। ਉਹਨਾਂ ਨੇ ਸਾਡੀ ਪਹਿਲੀ ਬੇਨਤੀ ਤੋਂ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਸਾਡੀ, ਅਸੀਂ ਕੈਂਪ ਲਾ ਰਹੇ ਹਾਂ। ਘੱਟੋ ਘੱਟ ਕਮ ਸੇ ਕਮ ਸਾਨੂੰ ਉਮੀਦ ਹੈ ਵੀ 500 ਦੇ ਕਰੀਬ ਅਸੀਂ ਪੇਸ਼ੈਂਟ ਇੱਥੇ ਰਜਿਸਟ੍ਰੇਸ਼ਨ ਕਰਾਂਗੇ। ਉਹਨਾਂ ਦੀ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣੀਆਂ 5 ਦਿਨਾਂ ਦੀ, ਔਰ ਸਾਰੇ ਮੈਂਬਰਾਂ ਦਾ ਸਹਿਯੋਗ ਹੈ, ਜੋ ਸਾਰੇ ਆਪਣਾ ਸ਼ਹਿਰ ਦਾ ਸਹਿਯੋਗ ਹੈ ਜੋ ਸਾਨੂੰ ਇਸ ਸਟੈਪ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿੱਤਾ ਔਰ ਸਹਿਯੋਗ ਦਿੱਤਾ। ਆਈ ਐਮ ਗ੍ਰੇਟਫੁਲ ਟੂ ਦ ਲੋਕ ਕਲਿਆਣ ਸੇਵਾ ਸਮਿਤੀ ਬੁਢਾਡਾ ਫੋਰ ਗਿਵਿੰਗ ਮੀ ਦ ਓਪਰਚੁਨਿਟੀ ਟੂ ਕਮ ਹੇਅਰ ਐਂਡ ਸਰਵ ਦ ਪੀਪਲ ਆਫ ਬੁਢਾਡਾ। ਇਟਸ ਮਾਈ ਗ੍ਰੇਟ ਪਲੇਜ਼ਰ ਐਂਡ ਗ੍ਰੇਟ ਓਨਰ ਐਂਡ ਆਈ ਥੈਂਕ ਦੈਮ ਫਰੋਮ ਮਾਈ ਹਾਰਟ। ਐਂਡ ਮੈਂ ਕੁਛ ਲੋਕਾਂ ਨੂੰ ਸੁਝਾਅ ਵੀ ਦੇਣਾ ਚਾਹੁੰਦੀ ਹਾਂ ਕਿ ਜਿਵੇਂ ਵੀ ਮੌਸਮ ਬਦਲ ਰਿਹਾ ਹੈ ਉਹ ਆਪਣੇ ਖਾਣ ਪਾਣ ਦਾ, ਆਪਣੀ ਸਕਿੰਨ ਕੇਅਰ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਣ, ਧੁੱਪ ਤੋਂ ਬਚਣ ਕਰਨ, ਪਾਣੀ ਵੱਧ ਪੀਣ, ਫਰੂਟ ਸੈਲਡ ਗ੍ਰੀਨ ਵੈਜੀਟੇਬਲਸ ਨੂੰ ਆਪਣੀ ਰੂਟੀਨ ਡਾਇਟ ਦਾ ਹਿੱਸਾ ਬਣਾਉਣ। ਔਰ ਇੱਕ ਹੋਰ ਬੇਨਤੀ ਹੈ ਕਿ ਬਿਨਾਂ ਕਿਸੇ ਡਾਕਟਰ ਦੀ ਸਲਾਹ ਦੇ ਸਟੀਰੋਇਡ ਵਾਲੀ ਕੋਈ ਵੀ ਦਵਾਈ, ਚਾਹੇ ਉਹ ਖਾਣ ਵਾਲੀ ਹੈ ਚਾਹੇ ਉਹ ਲਗਾਉਣ ਵਾਲੀ ਹੈ, ਉਹ ਨਾ ਯੂਜ਼ ਕਰੋ। ਆਪਾਂ ਨੂੰ ਇਹਦੇ ਨੁਕਸਾਨ ਜ਼ਿਆਦਾ ਹੈ, ਫਾਇਦੇ ਘੱਟ ਹੈ। ਬਿਨਾਂ ਡਾਕਟਰ ਦੀ ਸਲਾਹ ਦੇ ਆਪਾਂ ਸਟੀਰੋਇਡ ਵਾਲੀ ਕੋਈ ਦਵਾਈ ਆਪਣੇ ਆਪ ਨਹੀਂ ਲੈਣੀ, ਨਹੀਂ। ਲੋਕ ਕਲਿਆਣ ਸੇਵਾ ਸਮਿਤੀ ਵੱਲੋਂ ਹੱਡੀਆਂ ਦਾ ਕੈਂਪ ਲਗਾਇਆ, ਸਾਡੇ ਮਾਧਿਅਮ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਪਹਿਲਾਂ ਤਾਂ ਮੈਂ ਲੋਕ ਕਲਿਆਣ ਸਮਿਤੀ ਵਾਲਿਆਂ ਦਾ ਧੰਨਵਾਦ ਕਰਦਾ ਅਸ਼ੋਕ ਜੀ ਦਾ ਕਿ ਉਹਨਾਂ ਨੇ ਬੁਲਾਇਆ ਅਤੇ ਇੱਥੇ ਸਮਾਜ ਸੇਵਾ ਵਾਸਤੇ ਸਾਨੂੰ ਵੀ ਮੌਕਾ ਮਿਲਿਆ ਕਿ ਅਸੀਂ ਸਮਾਜ ਦੀ ਕੋਈ ਸੇਵਾ ਕਰ ਸਕੀਏ, ਰੋਗੀਆਂ ਦੀ ਕੋਈ ਸੇਵਾ, ਫਰੀ ਸੇਵਾ ਕਰ ਸਕੀਏ। ਤਾਂ ਇੱਥੇ ਮੈਂ ਦੇਖਿਆ ਕਿ ਸਾਡੇ ਕੋਲ ਜ਼ਿਆਦਾਤਰ ਰੋਗੀ ਗੋਡਿਆਂ ਦੇ ਦਰਦ ਵਾਸਤੇ ਆ ਰਹੇ ਨੇ। ਇਹ ਗੋਡਿਆਂ ਦਾ ਦਰਦ ਬਹੁਤ ਕਾਮਨ ਹੁੰਦਾ ਜਾ ਰਿਹਾ, ਬਹੁਤ ਕਾਮਨ ਬਿਮਾਰੀ ਬਣਦੀ ਜਾ ਰਹੀ ਹੈ। ਅਤੇ ਇਹਦੇ ਕਈ ਕੁਛ ਮੁੱਖ ਕਾਰਨ ਇਹ ਹੈ ਕਿ ਲੋਕਾਂ ਦਾ ਵਜਨ ਵੱਧਦਾ ਜਾ ਰਿਹਾ ਹੈ, ਲੋਕ ਐਕਸਰਸਾਈਜ਼ ਨਹੀਂ ਕਰਦੇ, ਡਾਇਟ ਦੇ ਬਾਰੇ ਖਿਆਲ ਨਹੀਂ ਰੱਖਦੇ, ਕੈਲਸ਼ੀਅਮ ਵਿਟਾਮਿਨ ਡੀ ਦੀ ਘਾਟ ਪਾਈ ਜਾਂਦੀ ਹੈ। ਇਸ ਕਰਕੇ ਲੋਕਾਂ ਨੂੰ ਜ਼ਿਆਦਾ ਗੋਡਿਆਂ ਦਾ ਅਤੇ ਮੋਢਿਆਂ ਦਾ ਦਰਦ ਹੋਣਾ ਸ਼ੁਰੂ ਹੋ ਗਿਆ। ਇਹਦੇ ਵਾਸਤੇ ਮੈਂ ਜ਼ਿਆਦਾਤਰ ਇਹੀ ਐਡਵਾਈਸ ਕਰਾਂਗਾ ਕਿ ਇੱਕ ਤਾਂ ਕੈਲਸ਼ੀਅਮ ਵਿਟਾਮਿਨ ਡੀ ਦੀ ਘਾਟ ਪੂਰੀ ਕਰੋ ਸਰੀਰ 'ਚ, ਅਤੇ ਆਪਣਾ ਵਜਨ ਨਾ ਬਦਲ ਦਿਓ, ਅਤੇ ਰੈਗੂਲਰ ਐਕਸਰਸਾਈਜ਼ ਕਰੋ। ਜ਼ਿਆਦਾ ਵੀ ਐਕਸਰਸਾਈਜ਼ ਨਾ ਕਰੋ, ਪਰ ਰੈਗੂਲਰ ਐਕਸਰਸਾਈਜ਼ ਜ਼ਰੂਰੀ ਹੈ ਗੋਡਿਆਂ ਦੀ ਬਿਮਾਰੀ ਨੂੰ ਰੋਕਣ ਵਾਸਤੇ। ਬਾਕੀ ਇੱਥੇ ਕੈਂਪ ਬੜਾ ਕਾਮਯਾਬ ਹੋ ਰਿਹਾ, ਕਾਫੀ ਮਰੀਜ਼ ਅਸੀਂ ਦੇਖ ਚੁੱਕੇ ਹਾਂ, 60-70 ਮਰੀਜ਼ ਦੇਖ ਚੁੱਕੇ ਹਾਂ, ਅਤੇ ਮੇਰੇ ਖਿਆਲ ਰਜਿਸਟ੍ਰੇਸ਼ਨ ਹੈ ਅਬਾਊਟ 300 ਤੋਂ ਉੱਪਰ ਰਜਿਸਟ੍ਰੇਸ਼ਨ ਹੈ। ਅਸੀਂ ਪੂਰਾ ਟਾਈਮ ਦੇਵਾਂਗੇ ਮਰੀਜ਼ਾਂ ਦਾ, ਸਾਡੇ ਨਾਲ ਡਾਕਟਰ ਗੌਰਵ ਹੈ, ਪੂਰੀ ਟੀਮ ਸਾਡੀ ਹੈ, ਡਾਕਟਰ ਕੁਲਦੀਪ ਹੈ, ਫਿਜ਼ੀਓਥੈਰੇਪਿਸਟ ਹੈ, ਅਤੇ ਅਸੀਂ ਪੂਰੀ ਟੀਮ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਮੌਕਾ ਮਿਲਿਆ। ਬੁਢਲਾਡਾ ਤੋਂ ਵੈਬ ਟੀਵੀ ਚੈਨਲ ਦੇ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਦੀ ਵਿਸ਼ੇਸ਼ ਰਿਪੋਰਟ।